ਦੋ ਜੀ ਇਹ ਬੱਚਾ ਇਹਦਾ ਵਜ਼ਨ ਵਜ਼ਨ ਇਹਦਾ ਹੱਥ ਭਰਾ ਕਰਿਆ ਯਾਰ, ਹੱਥ ਢਿੱਲਾ ਛੱਡੋ। 260 ਕਿਲੋ ਬੱਚਾ ਹੈ, ਬੱਚਾ ਗਰੋਥ ਕਰਨ ਵਾਲਾ ਹੈ, ਸੋਹਣਾ ਬੱਚਾ ਹੈ। 1,25,000 ਚ ਖਰੀਦਿਆ। ਅਹਿਮਦ ਭਾਈ ਕਿੰਨੇ ਨੰਬਰ ਬੱਚਾ ਹੈ? 10 ਨੰਬਰ ਬੱਚਾ ਹੈ। 1,25,000 ਦਾ ਖਰੀਦਿਆ, 260 ਕਿਲੋ ਵਜ਼ਨ ਹੈ। ਹਾਫਿਜ਼ ਮੁਸ਼ਤਰਕਾ ਕੈਟਲ ਫਾਰਮ ਦੀ ਖਰੀਦਦਾਰੀ ਹੋ ਰਹੀ ਹੈ, ਨਾਸਰ ਭਾਈ ਦੇ ਕੰਢੇ ਤੇ ਹੋ ਰਹੀ ਹੈ। ਜਿਹੜੇ ਦੋਸਤ ਵੀ ਹਾਫਿਜ਼ ਮੁਸ਼ਤਰਕਾ ਕੈਟਲ ਫਾਰਮ ਦੇ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਣਾ ਚਾਹਵਨ, ਉਹ ਰਾਬਤਾ ਕਰ ਸਕਦੇ ਨੇ। 500 ਬੱਚੇ ਦਾ ਫਲਾਗ ਪਾਇਆ ਜਾਏਗਾ ਔਰ ਇਹ ਮੁਸ਼ਤਰਕਾ ਫਲਾਗ ਹੈ। 3 ਮਹੀਨੇ ਬਾਅਦ ਹਿਸਾਬ ਕੀਤਾ ਜਾਏਗਾ, ਜਿੰਨਾ ਨਫਾ ਨੁਕਸਾਨ ਹੋਏਗਾ ਮੁਨਾਫੇ ਦੇ 3 ਹਿੱਸੇ ਕੀਤੇ ਜਾਵਾਂਗੇ, 1 ਹਿੱਸਾ ਸਾਡਾ, 2 ਹਿੱਸੇ ਤੁਹਾਡੇ ਦੋਸਤਾਂ ਦੇ। ਕਿਉਂ ਨਾਸਰ ਭਾਈ, ਕੀ ਆ ਦੋ ਨੰਬਰ? 0301-4038-025 ਨਾਸਰ ਭਾਈ ਦੱਸੋ। ਹੈਲੋ, ਨਹੀਂ ਇਹ ਨਾਇਦਰ ਮੇਰੇ ਵੀ ਲਗਾ ਰਹੇ, ਇਹ ਨਾਸਰ ਭਾਈ ਦਾ ਬੱਚਾ ਨੰਬਰ ਹੈ। 0308 ਵਾਲਾ ਅਗਰ ਕੋਈ ਬਾਈਕ ਖਰੀਦਣਾ ਚਾਹੇ ਤਾਂ ਇਹਨਾਂ ਨਾਲ ਰਾਬਤਾ ਕਰਨ, ਅਗਰ ਕੋਈ ਇਨਵੈਸਟਮੈਂਟ ਕਰਨਾ ਚਾਹਵਾਂ ਨਾ ਹਾਫਿਜ਼ ਮੁਸ਼ਤਰਕਾ ਕੈਟਲ ਫਾਰਮ ਨਾਲ, ਤੇ ਉਹ ਮੇਰੇ ਨਾਲ ਰਾਬਤਾ ਕਰਨ। 0301-4038-025 ਲਓ ਜੀ, ਮੁਲਤਾਨ ਮੰਡੀ ਦੇ ਅੰਦਰ ਖਰੀਦਦਾਰੀ ਜਾ ਰਹੀ ਹੈ। ਬਿਲਕੁਲ ਉਹਨਾਂ ਨੇ ਇੱਕ ਬੱਚਾ ਹੋਰ ਖਰੀਦਿਆ, 1,25,000 ਦਾ ਇਹ ਬੱਚਾ ਜੀ, 1,25,000 ਦਾ ਖਰੀਦਿਆ, 260 ਕਿਲੋ ਵਜ਼ਨ ਹੈ। ਬੱਚੇ ਨਜ਼ਰ ਰੱਖੋ ਨਾ ਜਿਹੜਾ ਜਾ ਰਿਹਾ, 1,25,000 ਗਰੋਥ ਵਾਲਾ ਬੱਚਾ ਹੈ, ਮੈਨੂੰ ਪਤਾ ਹੈ। ਨਹੀਂ ਸਵੇਰੇ ਦੱਸੋ ਤਾਂ ਹੈਗੇ ਸੀ, ਨਹੀਂ ਭਾਜੀ ਇਹਦਾ ਮਕਸਦ ਵਾਸ਼ਰੂਮ ਨਿਕਲਣ ਤੋਂ ਬਾਅਦ ਵਧੂ ਕਰਕੇ ਨਿਕਲੇ ਜਾਣਾ, ਫਿਰ ਨਮਾਜ਼ ਪੜ੍ਹੀ ਤੁਸੀਂ। ਕਰਾਸ ਬੱਚਾ ਜੀ, ਇਹਦਾ ਵਜ਼ਨ ਚੈੱਕ ਕਰੋ, ਇਹਦਾ ਵਜ਼ਨ ਚੈੱਕ ਕਰੋ ਜੀ, 200 ਹੱਥ ਢਿੱਲਾ ਛੱਡ ਦੇ ਯਾਰ, ਲਾ ਲਿਆ 230 ਕਿਲੋ। ਦੋਂਦਾ ਖੀਰਾ ਦੋਂਦਾ ਕਿੰਨੇ ਪੈਸੇ ਦੋਂਦਾ? ਫਿਰ ਦੱਸ, 1,10 ਛੇਤੀ ਦੱਸ, ਫਾਈਨਲ ਕਿੱਥੇ ਹੁੰਦਾ? ਫਾਈਨਲ ਕਿੱਥੇ ਹੁੰਦਾ? ਮੈਂ ਨਾ ਫਾਈਨਲ ਦੱਸ, 1,12 ਹੁੰਦਾ ਕਿੱਥੇ ਹੁੰਦਾ ਜੀ? ਪੈਸੇ ਲੈ ਯਾਰ, ਕਿਉਂ ਐਵੇਂ ਕਰਨਾ ਵੀਰ? 12 ਦਾ, 13 ਦਾ, 15 ਦਾ, 15 ਦਾ ਦੋਂਦਾ। ਲਓ ਜੀ ਇਹ ਦੋ ਬੱਚੇ ਹੋਰ ਚੜ ਗਏ ਨੇ, ਚੌਲਸ ਸਾਈ ਵਾਲੀ ਬੱਚੇ ਨੇ, 1 ਸਾਈ ਵਾਲੀ 1 ਚੌਲਸਤਾਨੀ ਹੈ। ਇਹਨਾਂ ਦਾ ਵਜ਼ਨ ਚੈੱਕ ਕਰਨੇ ਆ, ਜਿਹੜਾ ਬਾਈਕ ਕੰਢੇ ਤੇ ਚੜਾ ਰਿਹਾ, ਇਹਦੀਆਂ ਵੀਡੀਓ ਤੁਸੀਂ ਪਹਿਲੇ ਹੀ ਵੇਖ ਰਿਹਾ ਜੇ, ਬੰਦਾ ਪੂਰਾ ਕਾਰੀਗਰ ਹੈ, ਇਹ ਬੰਦਾ ਜੀ ਬੰਦਾ ਪ੍ਰਾਚਾ ਹੈ, ਬੂਟਾ ਕਹਿ ਰਿਹਾ। ਹੱਥ ਢਿੱਲਾ ਛੱਡ, 500 ਕਿਵੇਂ ਹੋ ਗਿਆ? ਹੱਥ ਢਿੱਲੇ ਛੱਡ, 500 ਕਿਲੋ ਹੋ ਗਿਆ ਥੱਲੇ ਲਾ, ਥੱਲੇ ਲਾ 500 ਕਿਲੋ ਵਜ਼ਨ ਦੋ ਬੱਚਿਆਂ ਦਾ। ਕਿੰਨੇ ਪੈਸੇ ਜੀ? 1,35,35 ਕਿਹੜੇ ਹਿਸਾਬ ਨਾਲ? 500 ਕਿਲੋ ਬੱਚਿਆਂ ਦਾ ਇਧਰ 1,10,10 ਹਾਂ ਯਾਰ, ਜੇ ਮੰਗੇ ਨੇ ਪੈਸੇ ਲੈ ਲਾ ਚੱਲ। ਹੈਂ ਕਿਦੋਂ ਮੰਗੇ ਨੇ? ਕਿਦੋਂ ਮੰਗੇ ਨੇ ਦੱਸ, ਕਿੰਨੀ ਦੇਰ ਹੋ ਗਈ? ਕਿਦੋਂ ਮੰਗੇ ਸੀ? ਘੰਟਾ ਪਹਿਲੇ, ਘੰਟਾ ਪਹਿਲੇ
ਉਦੋਂ ਦਿੱਤੇ ਜੀ, ਉਦੋਂ ਦੇ ਦੇਣਾ, ਫਿਰ ਉਦੋਂ ਨਸ਼ਾ ਪੀਤਾ ਸੀ, ਹੁਣ ਇੱਕ ਦਸ ਦੱਸ ਦੇਣਾ ਜੀ, ਦਈਏ ਪੈਸੇ, ਲੈ ਲੈ ਪੈਸੇ, ਤੇਰੀ ਮਰਜ਼ੀ ਦੀ ਗੱਲ ਹੈ, ਜਿਸਲੇ ਰੇਟ ਲਾਈਏ ਨਾ ਉਸਲੇ ਬੱਚਾ ਦਿਆ ਕਰੋ, ਅਸੀਂ ਇੱਕ 16 ਕੈਂਡਾ ਪਾ ਲਿਆ, ਉਸ ਤੋਂ ਬਾਅਦ ਤੂੰ 30 ਕੰਡਿਆਂ ਦੋ ਦੇ, ਹੁਣ ਪੈਸੇ ਨਹੀਂ ਲੱਗੇ ਇੱਥੇ ਆ ਗਏ, ਨਾ 250 ਕਿਲੋ ਦੇ ਪਾਣੀ ਦੇ ਵੇਖ ਵਿੱਚ ਪੈਸੇ ਲੈ ਲੈ, 2,20,000 ਲੈ ਲਾ, ਦਈਏ ਚੰਗਾ ਜੀ, ਲੈ ਲਾ ਯਾਰ ਚਾਚਾ ਨੂੰ ਆਸ ਪੈਸੇ ਲਵੇ, ਹੈਂ ਯਾਰ 32,000 ਦੇ ਕਿਲੋ ਮੰਗੇ ਨੇ, ਕੈਂਡਾ ਪੈ ਲੈਣਾ, ਉਦੋਂ ਨਸ਼ਾ ਪੀਤਾ ਸੀ, ਤੇ ਫਿਰ ਪੈਸੇ ਲੈ 2,20,000, ਹੈਂ ਹੁਣ ਨੁਕਸਾਨ ਨਹੀਂ ਹੁੰਦਾ ਚਾਚਾ, ਵੇਖ ਲਾ 2,20 ਦੇ ਵਿੱਚ ਵਿਕ ਨੇ ਤੇਰੇ, ਹਾਂ ਪੈਸੇ ਲੈ ਲਓ, ਚੰਗੇ ਜੇ ਜਾ 1,000 ਰੁਪਈਆ ਹੋਰ ਪਾ ਲਾ, 1,000 ਹੋਰ ਪਾ ਲਾ, ਚੰਗਾ ਜੀ ਚਲੋ ਤੇਰੀ ਮਰਜ਼ੀ, ਲਓ ਜੀ ਆਸਾ ਹੀ ਕਰਾਸ ਵੱਛਿਆ ਜੀ 100, ਚਾਚਾ ਹੱਥ ਪਰਾ ਕਰ ਲਾ ਤੇਰੀ ਮਿਹਰਬਾਨੀ ਆ, ਦੇਸੀ ਵੱਛਿਆ ਜੀ 180 ਕਿਲੋ ਵੱਛਿਆ, ਚਾਚਾ ਜਿਹੜੇ ਪੈਸੇ ਕਿੰਨੇ ਪੈਸੇ ਚਾਚਾ ਦੋਂਦਾ, ਕਿੰਨੇ ਪੈਸੇ ਆਖੇ ਜੀ, 82 ਦਾ, ਚਾਚਾ ਕਿੰਨੇ ਦਾ ਦੇਣਾ ਜੀ, ਗੱਲ ਦਾ ਕਰ, 180 ਕਿਲੋ ਵੱਛਿਆ ਤੇਰਾ, 85 ਦਾ ਦੇਣਾ ਜੀ, ਲੈ ਲਾ ਪੈਸੇ ਲੈ ਲਾ, ਲੈ ਲਾ ਪੈਸੇ ਚੰਗੇ ਜੀ, ਚਾਚਾ 85,000 ਰੁਪਈਆ ਜੀ, ਲੱਖ ਲੈਣ ਦੇ, ਜੇ ਲੱਖ ਕੋਈ ਦਿੰਦਾ ਤਾਂ ਹੋਰ 1,000 ਪਾ ਲਾ, ਚਲੋ ਤੇਰੀ ਮਰਜ਼ੀ, ਇੱਕੋ ਰੇਟ ਤੈਨੂੰ ਆਖਿਆ, ਹੁਣ ਤੂੰ ਕਹਾਣੀਆਂ ਹੀ ਪੈ ਗਿਆ, 1,11,000 1,11,000 1,11,000 1,11,000 2,11,000 3 ਖਤਮ, ਵੇਖ ਲਾ ਤੇਰੀ ਮਰਜ਼ੀ ਨਾ ਫਿਰ, ਅੱਛਾ ਇਹ ਦੱਸ ਵੀ ਰੇਟ ਕੋਈ, ਤੂੰ ਸਵੇਰੇ ਸਾਡੇ ਨਾਲ ਕੀ ਡਰਾਮਾ ਕੀਤਾ, ਤੂੰ ਆਏ ਨਾਲ ਦੇ ਕੰਡਿਆ 1,02,000 ਦਾ ਮੰਗਦੇ ਨੇ, ਫਿਰ ਉਹਨੇ 1,02,000 ਦਾ ਨਹੀਂ ਲਿਆ, ਫਿਰ ਸਾਡੇ ਕੋਲ ਆ ਗਏ, ਝੂਠ ਕਿਉਂ ਬੋਲਿਆ ਸੀ, ਹੁਣ ਝੂਠ ਬੋਲਿਆ ਹੀ ਨਾ, ਸੁਬਹ ਝੂਠ ਬੋਲ ਕੇ ਸੌਦਾ, ਮੇਰੀ ਹੁਣ ਗੱਲ ਸੁਣ, ਝੂਠ ਨਾ ਬੋਲਿਆ ਕਰ, ਕਲਰਫੁਲ ਬਛੜਾ ਜੀ 213 ਕਿਲੋ ਬੱਚਾ, ਦੁੰਦਾ ਖੀਰਾ ਇਹ ਬੱਚਾ ਅੱਗੇ ਸੁਬਹ ਵੀ ਆਇਆ, ਕਿੰਨੇ ਦਾ ਹੁੰਦਾ ਜੀ, ਤੂੰ ਸਵੇਰੇ ਵੀ ਐ, ਬੁੜਾਈ ਕਰੋ ਰੇਟ, ਮੈਂ ਸਵੇਰੇ ਕੀਤਾ ਸੀ, ਮੈਂ ਸਵੇਰੇ ਕੀਤਾ ਸੀ 1,05,000 ਰੁਪਇਆ, 1,05,000 ਕੀ ਲਾਈ ਪਿਆ ਮੈਂ ਸਵੇਰੇ, ਮੈਂ ਸਵੇਰੇ ਕਿੰਨਾ ਲਾਇਆ ਸੀ, ਹੈਂ ਇੱਕ ਤਾਂ ਮੈਂ ਨਸ਼ਾ ਕੋਈ ਨੀ ਪੀਤਾ, ਜੇ ਮੈਂ ਜੇ ਮੈਂ ਲਾਇਆ ਵੀ ਸਵੇਰੇ ਲਾਇਆ ਨਾ, ਤੂੰ ਉਸਨੇ ਨਸ਼ਾ ਪੀਤਾ ਸੀ, ਦੇ ਦੇਵੇ ਅਸੀਂ ਪਾਗਲ ਅੱਗ ਦੀ ਲਾ ਦੀਏ, 1,10,000 ਚ ਦੇਣਾ ਜੀ, 1,10 1,10 ਅੱਛਾ ਜੀ, ਇੱਥੇ ਕੰਡੇ ਤੇ ਇਹ ਬੜਾ ਵੱਡਾ ਧੋਖਾ ਹੁੰਦਾ ਕਿ ਵਪਾਰੀ ਪਹਿਲੇ ਆਉਂਦੇ ਨੇ ਰੇਟ ਲਵਾ ਦਿੰਦੇ ਨੇ, 3 ਘੰਟੇ ਬਾਅਦ ਆਉਂਦੇ ਨੇ, ਫਿਰ ਆਉਂਦੇ ਨੇ ਕਿ ਤੁਸੀਂ ਸਵੇਰੇ ਇਹ ਰੇਟ ਲਾਇਆ, ਹੁਣੇ ਲਾਇਆ, ਯਾਨੀ ਕਿ ਸਵੇਰੇ ਤੁਸੀਂ ਲਾਇਆ 1,10 ਤੁਹਾਨੂੰ ਆਉਂਦੇ ਆਖਦੇ, ਸਵੇਰੇ ਤੁਸੀਂ 1,30 ਲਾਇਆ ਸੀ, ਇਸ ਤਰੀਕੇ ਵੀ ਮੰਡੀ 'ਚ ਹੋ ਜਾਂਦਾ, ਲਿਹਾਜ਼ਾ ਜਿਸਲੇ ਵਪਾਰੀ ਦੁਬਾਰਾ ਆਵੇ, ਦੁਬਾਰਾ ਜਾਨਵਰ ਨੂੰ ਵੇਖੋ, ਦੁਬਾਰਾ ਉਹਦਾ ਵਜ਼ਨ ਕਰੋ, ਜਿੱਥੇ ਸਮਝ ਆਵੇ ਨਵਾਂ ਰੇਟ ਲਾਓ, ਪੁਰਾਣੇ ਰੇਟ ਨੂੰ ਖਤਮ ਕਰੋ, ਕਿਉਂਕਿ ਪੁਰਾਣਾ ਰੇਟ ਯਾਦ ਹੀ ਨਹੀਂ ਰਹਿ ਜਾਂਦਾ,
ਲਓ ਜੀ ਇੱਕ ਹੋਰ ਕ੍ਰਾਸ ਬੱਚਾ ਦੋਂਦਾ ਬੱਚਾ ਜੀ, ਇਹਦਾ ਵਜ਼ਨ ਹੈਗਾ ਜੀ 200। ਆ ਭਾਈ ਤੇਰੀ ਮਿਹਰਬਾਨੀ ਯਾਰ, ਹੱਥ ਚੁੱਕ ਲਾ, ਵਜ਼ਨ ਹੋਵਣ ਦੇ ਯਾਰ। 266 ਕਿਲੋ ਵਜ਼ਨ, ਕਿੰਨੇ ਪੈਸੇ? ਹੁਕਮ ਕਰ ਦੋਂਦਾ। ਦੋਂਦਾ ਕਿੰਨੇ ਪੈਸੇ? ਹੈਂ 1,20,000 ਰੁਪਇਆ ਪੂਰਾ ਪੂਰਾ। ਪੈਸੇ ਨਹੀਂ, ਉਹ ਕੱਚੀ ਹੈ ਜਿਹੜੀ ਗੱਲ ਆ ਕੀ ਹੋਈ। 1,20,000 ਦੇ ਯਾਰ, ਪੈਸੇ ਲੈ ਲਾ, ਚੰਗਾ ਹੀ ਯਾਰ, ਮਿਹਰਬਾਨੀ ਤੇਰੀ, ਨਾਲੇ ਮਿਹਰਬਾਨੀ ਯਾਰ। ਚਲੋ ਤੇਰੀ ਮੀਆਂ ਮਰਜ਼ੀ ਦੀ ਗੱਲ ਹੈ। 1,20,000 ਕਿਹਾ ਜੀ, ਦੋਂਦਾ ਬੱਚਾ, ਕਰਾਸ ਬੱਚਾ, ਬਾਈ ਯਾਰਾਂ ਨੂੰ ਜਿਹੜਾ ਦੋਸਤ ਵੀ ਦੋਂਦੇ ਬੱਚੇ ਖਰੀਦਣਾ ਚਾਹੇ ਉਹ ਵੀ ਰਾਬਤਾ ਕਰ ਸਕਦਾ ਹੈ। ਮੇਰਾ ਨੰਬਰ ਨੋਟ ਫਰਮਾਓ, 0301-4038-025। ਇੱਕ ਬੱਚਾ ਹੋਰ ਚੜਿਆ, 1,400 ਬੱਚਾ ਥੱਲੇ ਲਾਵੀ ਯਾਰ, ਕਾਲਾ ਬੱਚਾ ਵੀਰ ਹੈ, ਖੀਰਾ ਬੱਚਾ ਹੈ, ਇਹ ਪਲਾਈ ਵਾਲਾ ਬੱਚਾ ਹੈ ਜੀ। ਇਹਦਾ ਵਜ਼ਨ ਵੇਖਦੇ ਹਾਂ, ਇਹਦਾ ਰੇਟ ਲਾਉਂਦੇ ਹਾਂ, ਸਾਰੀ ਸੂਰਤ ਹਾਲ ਤੁਹਾਨੂੰ ਦੱਸਦੇ। ਦੋ ਸੌ ਅਤੇ 78 ਕਿਲੋ ਬੱਚੇ ਦਾ ਵਜ਼ਨ ਹੈ, ਚੋਲਸਤਾਨੀ ਬੱਚਾ ਹੈ। ਕਿੰਨੇ ਪੈਸੇ ਚਾਚਾ? 278 ਕਿਲੋ ਖੀਰਾ ਬੱਚਾ, 180। ਤੁਸੀਂ ਕੀ ਆਉਂਦੇ ਬੁੱਢਾ? ਅੱਛਾ 130 ਹੁੰਦਾ, ਤੇਰੀ ਮਰਜ਼ੀ ਦੀ ਗੱਲ ਹੈ। ਬੁੜਿਆ ਤੇਰੇ ਨਾਲ 5,000 ਆਖਿਆ, ਇਹਨੇ ਕੈਲਕੂਲੇਟਰ ਦੇ 5,000 ਬਣਾਇਆ, ਯਕੀਨ ਕਰ ਇਹਦਾ ਰੇਟ ਮੇਰੇ ਨਾਲ 10,000 ਵੱਧ ਹੁੰਦਾ ਹੈ। ਅੱਜ ਮੈਂ ਪਹਿਲੀ ਵਾਰੀ ਹੋਇਆ ਕਿ 5,000 ਇਹਨਾਂ ਰੇਟ ਵੱਧ ਆ ਚਾਹੇ। ਇਹ ਕੈਲਕੂਲੇਟਰ ਵੇਖੀ, ਇੱਧਰ ਵੇਖ, ਇੱਧਰ ਵੇਖ, 1,05,000 ਬਣਿਆ ਹਾਲਾ, ਕੀ ਆਖਿਆ? 1,30 ਆਖਿਆ, ਜਾ 1,35 ਹੋ, ਤੇਰਾ ਬੱਚਾ ਸੋਹਣਾ ਲੱਗਿਆ, ਤੇਰੀ ਸਲਾਹ ਦੀ ਗੱਲ ਹੋਰ। 1,35 ਲੈਣਾ ਹੀ ਤਾਂ ਲੈ ਲਾ, ਦੇਣਾ ਹੀ ਤਾਂ 1,35,000 ਗਿਣ ਲਾ। ਮੈਂ ਨਾ ਚੰਗਾ ਹੀ ਚਾਚਾ, 35,000-36,000 ਦਾ ਹੁੰਦਾ, 36,000 ਦਾ ਹੁੰਦਾ, ਹੁਣ ਤੇਰੀ ਮੌਜ, ਜਾ ਸਲਾਹ ਕਰ ਲਾ। ਇਹ ਹੁਣ ਦਾ ਰੇਟ ਹੈ, ਘੰਟੇ ਬਾਅਦ ਆਵੇਗਾ ਨਵਾਂ ਰੇਟ ਹੋਵੇਗਾ, ਇਹ ਹੁਣ ਦਾ ਰੇਟ ਹੀ, ਘੰਟੇ ਬਾਅਦ ਆਵੇਗਾ ਨਵਾਂ ਰੇਟ ਹੋਵੇਗਾ। ਲਓ ਜੀ ਮੁਲਤਾਨ ਮੰਡੀ ਚ ਮਾਲ ਤੁਸੀਂ ਦੇਖ ਸਕਦੇ, ਇਹ ਲੈਣ ਸਿਰ ਬੱਚੇ ਲੱਗੇ ਖਲੇ ਨੇ, ਕੰਡੇ ਤੇ ਵਾਰੀ ਨਹੀਂ ਆ ਰਹੀ। ਮੁਲਤਾਨ ਮੰਡੀ ਚ ਅੱਜ ਬੱਚਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਐਤਵਾਰ ਦਾ ਦਿਨ ਹੈ, ਲੇਕਿਨ ਮੰਡੀ ਜਿਹੜੀ ਨਾ ਸਸਤੀ ਹੈ ਨਾ ਮਹਿੰਗੀ, ਮੁਨਾਸਬ ਹੈ। ਚਾਚਾ ਕੰਡੇ ਦੇ ਪਰਾਂ ਹੋ ਜਾ ਯਾਰ, ਚਾਚਾ ਜੀ ਕੰਡੇ ਦੇ ਪਰਾਂ ਹੋ ਜਾ, ਤੂੰ ਚੜ੍ਹ ਵਿੱਚ ਹੱਥ ਰੱਖ ਲੈਂਦਾ ਯਾਰ, ਤੇਰੀ ਮਿਹਰਬਾਨੀ ਯਾਰ, ਕੰਮ ਕਰਨ ਦੇ, ਤੈਨੂੰ ਚੌਥੀ ਵਾਰੀ ਮੈਂ ਆਵਾਂ, ਤੂੰ ਹੀ ਹੱਥ ਰੱਖ ਲੈਂਦਾ ਕੀ ਯਾਰ? ਚਾਚਾ ਲੈਣੇ ਸਾਡੇ ਕੋਲ, ਤੇਰੀ ਮਿਹਰਬਾਨੀ ਯਾਰ। ਲਓ ਜੀ ਇਹ ਬੱਚਾ ਕਰਾਸ ਬੱਚਾ, ਕਿੰਨੇ ਪੈਸੇ ਆਖੇ ਜੀ? 1,00,000 ਰੁਪਇਆ ਕਿਹਾ ਬਾਈ ਬੁੱਢੇ ਨੂੰ, ਦੋਂਦਾ ਦੋਂਦੇ ਬੱਚੇ ਦਾ, ਉਹ ਕੀ ਆਉਂਦੇ ਨੇ ਤੁਸੀਂ? ਨਹੀਂ ਥੱਲੇ ਲਾ ਲਓ, ਇਹ ਦੋਂਦਾ ਬਾਈ ਚੌਲ ਸੰਗ, ਹਾਂ ਠੀਕ ਹੈ, ਕੋਈ ਗੱਲ ਨਹੀਂ, ਕਰਾਸ ਪੈਂਦਾ ਬਾਈ। ਦੋਂਦਾ ਬੱਚਾ ਤੇਰਾ, ਪਹਿਲੇ ਉਹ ਚੜ੍ਹ ਲਵੇ, ਇੱਧਰ ਵੇਖ ਬੰਦਾ, ਮੈਂ ਸਾਲ ਆ ਤੂੰ ਗਰਮ ਹੈ, ਅੱਜ ਤੂੰ ਲੜਾਈ ਕੀਤੀ, ਮਾਠਾ ਕੀਤਾ, ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਦਾਬਾ ਦੁਬਾ ਲਾਈਦਾ, ਤੂੰ ਲੱਫੇ ਮਾਰਦੇ ਨੇ ਨਾ ਯਾਰ, ਇਵੇਂ ਨਾ ਕਰਿਆ ਕਰ, ਉਹਦੇ ਨਾਲ ਮਾਫੀ ਮੰਗ, ਸੁਲਾਹਕਾਰ ਉਹਦੇ ਨਾਲ ਜੱਫੀ ਪਾ ਉਹਦੇ ਨਾਲ ਜਾ ਕੇ, ਹੈਂ ਨਹੀਂ ਯਾਰ ਤੂੰ ਹੁਣ ਲੱਫੇ ਮਾਰੇ ਨੇ ਚਾਚਾ, ਜਿਹੜੇ ਪੈਸੇ ਆਪ ਨੇ ਤੁਸੀਂ ਵੇਖ ਲਓ, ਕਦੋਂ ਮੰਗੇ ਸੀ? 32 ਦੋ ਘੰਟੇ ਪਹਿਲੇ, ਘੰਟਾ ਪਹਿਲੇ, ਹੁਣ ਨਹੀਂ ਸਮਝ ਆਉਂਦੇ, ਸਵੇਰੇ ਆਉਂਦੇ ਸੀ, ਬਸ ਪਾਈ ਬੂਟਾਂ ਦਾ ਅਸੀਂ ਨਹੀਂ ਲੈਣੇ, ਅਸੀਂ ਨਹੀਂ ਲੈਣੇ, ਉਹ ਆਉਂਦਾ ਤੇਰੇ ਸਾਹਮਣੇ, ਲੇਕਿਨ ਮੈਂ ਜਿਹੜੇ ਪੈਸੇ ਆਤੇ ਨੇ ਇਹ ਹੁੰਦਾ ਰੇਟ ਹੀ। ਇੱਧਰ ਵੇਖ ਲਾ, ਜੇ ਹੁਣ ਚੜ੍ਹਨਾ ਹੋਵੇ ਮੈਂ ਪੈਸੇ ਰੇਟ ਨਹੀਂ ਲਾਉਣੇ, ਫਿਰ ਤੂੰ ਨਹੀਂ ਆਉਣਾ, ਕਹਿੰਦਾ ਪਹਿਲੇ ਤੂੰ ਰੇਟ ਆ ਕੇ, ਹੁਣ ਇਹ 2,22,000 ਰੁਪਇਆ ਹੈਗਾ ਜੀ, 2,22,000 ਦੇ ਬੰਦ, ਇਹ ਹੁਣ ਦਾ ਰੇਟ ਹੀ ਹੈ, ਦੋ ਬੱਚੇ ਨੇ ਜੀ,
2,22,000 ਇਹਨਾਂ ਨੂੰ ਕਿਹਾ, ਉਹ 2,32 ਦੇੜੇ ਹੋਏ ਨੇ, ਲੇਕਿਨ 2,22 ਤੋਂ ਬਾਅਦ ਸਾਡੀ ਸਮਝ 'ਚ ਨਹੀਂ ਆਉਂਦੇ। ਇਹ ਬੱਚੇ ਇਹਨਾਂ ਨੂੰ ਇੱਕ ਰੇਟ ਲਾ ਦਿਓ, ਨਹੀਂ ਦਿੰਦੇ, ਫਿਰ ਲੈ ਜਾਂਦੇ ਨੇ, ਫਿਰ ਘੁੰਮ ਆਉਂਦੇ ਨੇ, ਫਿਰ ਦੁਬਾਰਾ ਆ ਜਾਂਦੇ ਨੇ, ਫਿਰ ਘੁੰਮ ਆਉਂਦੇ ਨੇ, ਫਿਰ ਦੁਬਾਰਾ ਆ ਜਾਂਦੇ ਨੇ, ਜਿਲ੍ਹੇ ਥੱਕ ਜਾਂਦੇ ਨੇ ਇਹ ਵੀ ਅਤੇ ਬੱਚੇ ਵੀ, ਜਿਲ੍ਹੇ ਨਾਲ ਲੱਸੀ ਨਿਕਲਦੀ ਹੈ, ਫਿਰ ਜਿਹਦਾ ਰੇਟ ਜ਼ਿਆਦਾ ਹੁੰਦਾ ਉਹਨੂੰ ਦੇ ਦਿੰਦੇ ਨੇ। ਲਓ ਜੀ, ਮੁਲਤਾਨ ਮੰਡੀ ਤੋਂ ਖਰੀਦਦਾਰੀ ਜਾ ਰਹੀ ਹੈ। ਇਹ ਭਾਈ ਹਰੀ ਬਹੁਤ ਗਰਮ ਤਬੀਅਤ ਦੇ ਮਾਲਕ ਨੇ, ਬੱਚਾ ਕੰਡੇ 'ਚ ਚੜਾ ਰਹੇ ਨੇ। ਬੱਚਾ ਜੋੜ ਪਾਈ ਖਲਾ ਤੇਰੇ ਨਾਲ, ਪਤਾ ਲੱਗ ਜਾਂਦਾ ਤੇਰਾ ਹੁਣ, ਬੱਚਾ ਤੇਰੇ ਨਾਲ ਜੋੜ ਪਾਈ ਖਲਾ ਜੀ। ਲਾਈ ਫਿਰ ਬੱਚਾ ਜਿੱਡਾ ਮਰਜ਼ੀ ਹੋਵੇ, ਬੰਦਾ ਕਾਂ ਗਏ। ਨਹੀਂ ਨਹੀਂ ਲੱਗ ਗਿਆ ਬਈ, ਲੱਗ ਗਿਆ, ਲੱਗ ਗਿਆ ਜੀ। ਇਹ ਮਰਦਾ ਇੱਧਰ ਉਹ ਯਾਰ, ਕਿਆ ਹਾਲ, ਆਪ ਜਾ ਭੱਜ ਕੇ ਜਾ, ਨਾ ਮਾਰ ਨਾ ਬੱਚੇ ਨੂੰ, ਉਂਝ ਪਿਆਰ ਨਾਲ, ਪਿਆਰ ਨਾਲ ਮਿੱਟੀ ਥੋੜੀ ਜ਼ੋਰ ਸਾਡੇ, ਪਿਆਰ ਨਾਲ, ਥੋੜੀ ਜ਼ੋਰ ਸਾਡੇ, ਪਿਆਰ ਨਾਲ, ਪਿਆਰ ਨਾਲ, ਪਿਆਰ ਨਾਲ। ਬੁੜਾ ਜੀ ਵਜ਼ਨ ਵੇਖੋ, 360 ਕਿਲੋ ਬੱਚੇ ਦਾ ਵਜ਼ਨ ਹੈ, ਚੋਲਸਤਾਨੀ ਕ੍ਰਾਸ ਬੱਚਾ ਹੈ ਭਾਈ। ਦੁੰਦਾ ਹੈ, ਖੀਰਾ ਹੈ, ਦੁੰਦਾ ਕਿੰਨੇ ਪੈਸੇ, ਹੁਕਮ ਕਰ, ਇੱਕ ਅੱਸੀ, 1,90, ਪੂਰੇ ਦੋ ਦਾ ਕਿੰਨੇ ਦਾ ਹੁੰਦਾ ਹੈ ਬਾਈ, ਹੁੰਦਾ ਕਿੰਨੇ ਦਾ ਹੈ। ਲਓ ਜੀ, ਇਹ ਬੱਚਾ 2,00,000 ਦਾ ਕਿਹਾ, ਕਿੰਨਾ ਵਜ਼ਨ ਸੀ ਬੁੜਾ ਜੀ, 360 ਕਿਲੋ, ਲੇਕਿਨ ਉਹਨੇ ਗੱਲ ਵੀ ਨਹੀਂ ਸੁਣੀ, ਉਹ 2,80 ਡਿਮਾਂਡ ਕਰ ਰਿਹਾ, 2,80,000 ਰੁਪਇਆ ਬਾਈ ਡਿਮਾਂਡ ਕਰ ਰਹੇ ਨੇ। 1,80,000 ਰੁਪਏ ਦੇ ਲਾਇਆ, ਹੁਣ 2,00,000 ਦਾ, ਲੇਕਿਨ ਬਾਈ ਦੀ ਸਮਝ ਨਹੀਂ ਆਈ ਯਾਰ ਨਾ। ਅੱਗੇ ਸੁਬਹ ਬੰਦੇ ਲੜ ਪਏ ਨੇ ਇਸ ਗੱਲ ਬਾਰੇ ਵੀ, ਪਹਿਲੇ ਮੈਂ ਬੱਚਾ ਚੜਾਉਣਾ, ਦੂਜਾ ਅਸੀਂ ਪਹਿਲੇ ਮੈਂ ਚੜਾਉਣਾ, ਤੁਹਾਡੀ ਮਿਹਰਬਾਨੀ ਹੋਣੀ, ਇੱਕ ਬੱਚਾ ਬੰਦਾ ਲਾ ਲਿਆ ਆਪਦੀ ਮਰਜ਼ੀ ਨਾਲ। ਸੁਬਹ ਸੁਬਹ ਲੜਾਈ ਹੋਈ ਹੈ ਜੀ ਕੰਡੇ ਦੇ ਬੱਚਾ ਚੜਾਉਣ ਦੀ ਵਜ੍ਹਾ ਤੋਂ, ਵਪਾਰੀ ਲੜਦੇ ਨੇ ਵੀ ਪਹਿਲੇ ਬੱਚਾ ਮੇਰਾ ਚੜੇ ਕੰਡੇ ਤੇ। ਇਹ ਬੱਚਾ ਜੀ ਕ੍ਰਾਸ ਬੱਚਾ, ਇਹਦਾ ਵਜ਼ਨ ਤੁਹਾਨੂੰ ਦੱਸਦੇ ਹਾਂ ਦੋਸਤਾਂ ਨੂੰ, ਕਿੰਨਾ ਵਜ਼ਨ ਬੁੜਾ ਜੀ, 210 ਕਿਲੋ ਵਜ਼ਨ ਹੈ, ਕਿੰਨੇ ਪੈਸੇ, ਪੂਰਾ 90, ਖੀਰਾ ਹੈ ਨਾ, ਕਿੰਨੇ ਦਾ ਹੁੰਦਾ ਜੀ, ਹੈਂ ਕਿੰਨੇ ਦਾ ਹੁੰਦਾ, ਇਸ ਤੋਂ ਬਾਅਦ ਨਹੀਂ ਹੁੰਦਾ, 92 ਦਾ ਹੁੰਦਾ, 92 ਦਾ, 93 ਦਾ ਯਾਰ, ਤੂੰ ਵੀ ਕੋਈ ਬੋਲ ਪਿਆ ਮੇਰਾ ਵੀਰ, ਪੱਕਾ ਤੂੰ ਦੱਸ, ਤੂੰ ਪੱਕਾ ਦੱਸ, ਹੈਂ 95 ਦਾ ਹੁੰਦਾ, ਵੇਖ ਲਾ 95 ਦਾ, 95 ਤੇਰੀ ਮੌਜ ਹੀ, ਫਿਰ ਕਿਹੜਾ ਬੱਚਾ ਬਾਬਾ ਜੀ, ਦੁੰਦਾ ਕੰਡਾ, ਕੰਡੇ ਦੇ ਚਲਾਓ। ਲਓ ਜੀ, ਚਲੋ ਸਰ ਬੱਚਾ, ਭਾਈ ਬੂਟਾ ਪੈਸੇ ਲਾਉਣ ਲੱਗੇ ਨੇ, ਜਿਹੜੇ ਪੈਸੇ ਆਖੇ ਨੇ ਉਹ ਵੀ 95,000 ਲੈ ਲਾ, ਪੈਸੇ ਲੈ ਲਾ, ਚੰਗਾ ਜੀ, ਮੈਂ ਨਾ ਚੰਗਾ ਰਹਿ ਜਾਏਗਾ, ਨੁਕਸਾਨ ਨਹੀਂ ਨਾ ਥਿੰਦਾ, ਫਿਰ ਸਾਨੂੰ ਨੁਕਸਾਨ ਥੀਵੇਗਾ, ਪੈਸੇ ਲੈ ਲਾ, ਚੰਗਾ ਜੀ।
ਲੋ ਜੀ ਇੱਕ ਹੋਰ ਬੱਚਾ ਕ੍ਰਾਸ ਬੱਚਾ 200 ਹੱਥ ਢਿੱਲਾ ਛੱਡ ਲਾ ਯਾਰ ਤੇਰੀ ਮਿਹਰਬਾਨੀ ਹੱਥ ਢਿੱਲਾ ਛੱਡ ਥੱਲੇ ਕਰ ਯਾਰ ਵਜ਼ਨ ਹੋ ਗਿਆ ਥੱਲੇ ਕਰ ਫੇਰ 10 ਕਿਲੋ ਦਾ ਫਰਕ ਪੈ ਗਿਆ 270 ਥੱਲੇ ਲਾ 10 ਕਿਲੋ ਥੱਲੇ ਕਿੰਨਾ ਆਇਨ ਪੈਰ ਮਾਰੀ ਮੇਰਾ ਭਰਾ 270 ਕਿਲੋ ਬੱਚਾ ਹੈ ਜੀ ਦੋਂਦਾ ਦੋਂਦਾ ਵੀ ਨੇ ਇੱਥੇ ਆ 270 ਕਿਲੋ ਬੱਚਾ ਹੈ ਦੋਂਦਾ ਬੱਚਾ ਹੈ ਭਾਈ ਕੋਲੋਂ ਰੇਟ ਪੁੱਛਣੇ ਇਹਦਾ ਡਿਮਾਂਡ ਪੁੱਛਣੇ ਭਾਈ ਤੂੰ ਇੱਧਰੋਂ ਆ ਹਾਂ ਹਾਂ ਕਿੰਨੇ ਪੈਸੇ ਜੀ ਹੈ 1,30,000 ਅੱਛਾ ਹੋਣਾ ਵੈਸੇ ਕਿੰਨੇ ਦਾ ਤੂੰ ਦੱਸ ਹੋਣਾ ਕਿੰਨੇ ਦਾ ਦੱਸ ਜਿੱਥੇ ਗੱਲ ਬਣੀ ਉਹ ਦੱਸ ਚੱਲ ਸੁਣਾ ਸੁਣਾ ਪੱਕੀ ਗੱਲ ਸੁਣਾ 35 ਦਾ ਹੁੰਦਾ ਤੇਰੀ ਮਰਜ਼ੀ ਉਹ 270 ਕਿਲੋ ਬੱਚਾ ਹੈ ਰੱਜਿਆ ਪੁੱਜਿਆ ਬੱਚਾ ਹੈ 1,35,000 ਰੁਪਇਆ ਆਖਿਆ ਇਹ ਜੋੜਾ ਬੱਚਿਆਂ ਨੂੰ ਚੜਾਇਆ ਜਾ ਰਿਹਾ ਇਹ ਦੋਂਦੇ ਨੇ ਖੀਰੇ ਨੇ ਜੀ ਖੀਰੇ ਨੇ ਦੋਂਦਾ ਪਰਲਾ ਬੱਚਾ ਇਹ ਬੱਚਾ ਦੋਂਦਾ ਹੈ ਜੀ ਅੱਧ ਢਿੱਲਾ ਛੱਡੀ ਯਾਰ 190 ਕਿਲੋ ਵਜ਼ਨ ਹੈ ਦੋਂਦਾ ਬੱਚਾ ਕਿੰਨੇ ਪੈਸੇ ਚਾਚਾ ਹੈਂ 190 ਕਿਲੋ ਜੀ ਉੱਚੀ ਬੋਲ ਪੈ ਫਾਈਨਲ ਦੱਸ ਫਾਈਨਲ ਫਾਈਨਲ ਪੁੱਛਿਆ 90 ਦਾ 95 ਦਾ ਲੈ ਲਾ 95 ਦਾ ਰਾਤ ਹੈ ਚਾਚਾ ਇਹ ਹੁਣ ਤੇਰੀ ਫਿਰ ਮਰਜ਼ੀ ਦੀ ਗੱਲ ਅਸੀਂ ਤਾਂ ਪੈਸੇ ਚੜ੍ਹ ਕੇ ਲਾਏ ਨੇ ਮੈਂ 80 ਲਾਇਆ 80 ਲਾਇਆ ਭਾਈ ਨੇ ਬੂਟੇ ਨੇ 80 ਲਾਇਆ ਤੇ ਮੈਂ 95 ਲਾ ਤਾ ਵੇਖ ਲਾਇਆ 180 ਇਹ ਦੋ ਬੱਚਿਆਂ ਦਾ ਭਾਈ ਬੂਟੇ ਨੇ 81 ਲਾਇਆ ਦੋਵੇਂ ਨੇ 1,85 ਕਰ ਲਾ ਯਾਰ ਪੈਸੇ ਲੈ ਲਾ ਚਲੋ ਇਹ ਰਹਿਣ ਦਿਆਂਗੇ ਪੈਰ ਖਰਾਬ ਨੇ ਤਾਂ ਲਓ ਜੀ ਇਹ ਜੋੜੇ ਦੇ 1,85,000 ਲਾਤਾ ਦੋਂਦੇ ਬੱਚੇ ਨੇ ਬਾਈਰ ਇੰਨੀ ਦੇਰ ਹੈ ਬੁੜਾ ਜੀ ਇਹ 14 ਬੱਚੇ ਦੀਆਂ ਰਾਨਾਂ ਦੱਸਾਂਗੇ ਲਓ ਜੀ ਮੁਲਤਾਨ ਮੰਡੀ ਦਾ ਓਵਰਆਲ ਵਿਊ ਦੇਖ ਲਓ ਦੋਸਤ ਗਰਮੀ ਬਹੁਤ ਸ਼ਿੱਦਤ ਇਖਤਿਆਰ ਕਰ ਗਈ ਹੈ ਅੱਜ ਐਤਵਾਰ ਦੇ ਦਿਨ ਹੈ ਮੰਡੀ 'ਚ ਰਸ਼ ਵੀ ਬਹੁਤ ਜ਼ਿਆਦਾ ਬੱਚਾ ਵੀ ਬਹੁਤ ਜ਼ਿਆਦਾ ਅਤੇ ਵਪਾਰੀ ਵੀ ਬਹੁਤ ਜ਼ਿਆਦਾ ਮੁਲਤਾਨ ਮੰਡੀ ਤੋਂ ਹਾਫਿਜ਼ ਮੁਸ਼ਤਰਕਾ ਕੈਟਲ ਫਾਰਮ ਦੀ ਟੀਮ ਦੀ ਖਰੀਦਦਾਰੀ ਜਾਰੀ ਹੈ ਹਾਫਿਜ਼ ਮੁਸ਼ਤਰਕਾ ਕੈਟਲ ਫਾਰਮ ਦੀ ਟੀਮ ਨੇ 500 ਬੱਚੇ ਦਾ ਫਲਾਗ ਪਾਉਣਾ ਹੈ ਜਿਹੜਾ ਕਿ 90 ਦਿਨ 'ਚ ਤਿਆਰ ਕੀਤਾ ਜਾਏਗਾ ਇਹ ਜਿਹੜਾ ਫਲਾਗ ਹੋਏਗਾ ਇਹ ਮੁਸ਼ਤਰਕਾ ਇਨਵੈਸਟਮੈਂਟ ਹੋਏਗੀ ਜਿਹੜੇ ਦੋਸਤ ਵੀ ਘਰ ਬਹਿ ਕੇ ਮੁਨਾਫਾ ਕਮਾਉਣਾ ਚਾਹੁੰਦੇ ਨੇ ਉਹ ਸਾਡੇ ਨਾਲ ਰਾਬਤਾ ਕਰ ਸਕਦੇ ਨੇ ਇਸ 500 ਬੱਚੇ ਦੇ ਫਲਾਗ ਵਿੱਚ ਇਨਵੈਸਟਮੈਂਟ ਕਰਨ ਸਰਮਾਇਆਕਾਰੀ ਕਰਨ ਸਾਡੀ 200 ਬੱਚੇ ਦੀ ਤਕਰੀਬਨ ਖਰੀਦਦਾਰੀ ਹੋ ਚੁੱਕੀ ਹੈ 300 ਬੱਚੇ ਦੀ ਖਰੀਦਦਾਰੀ ਅਸੀਂ ਮਜ਼ੀਦ ਇਨਸ਼ਾਅੱਲਾ ਮਹੀਨੇ ਦੇ ਵਿੱਚ ਕੰਪਲੀਟ ਕਰ ਲੈਣੀ ਹੈ 90 ਦਿਨ 'ਚ ਬੱਚੇ ਤਿਆਰ ਕੀਤੇ ਜਾਂਦੇ 90 ਦਿਨ ਤੋਂ ਬਾਅਦ ਇਹਨਾਂ ਨੂੰ ਸਲਾਟਰ ਕਰਵਾਇਆ ਜਾਏਗਾ ਜਿੰਨਾ ਮੁਨਾਫਾ ਆਵੇਗਾ ਉਸ ਮੁਨਾਫੇ ਦੇ 3 ਹਿੱਸੇ ਕੀਤੇ ਜਾਵਣਗੇ ਇੱਕ ਹਿੱਸਾ ਮੁਨਾਫੇ ਦਾ ਅਸੀਂ ਰੱਖਾਂਗੇ 2 ਹਿੱਸੇ ਮੁਨਾਫੇ ਦੇ ਉਹਨਾਂ ਦੋਸਤਾਂ ਦੇ ਹੋਵਾਂਗੇ ਜਿਨ੍ਹਾਂ ਦੀ ਇਨਵੈਸਟਮੈਂਟ ਹੋਏਗੀ ਉਸ ਤੋਂ ਇਲਾਵਾ ਜਿਹੜੇ ਦੋਸਤ ਖੂਬਸੂਰਤ ਬੱਚਿਆਂ ਦਾ ਸ਼ੌਕ ਕਰਨਾ ਚਾਹੁੰਦੇ ਨੇ ਕੁਰਬਾਨੀ ਵਾਲੇ ਬੱਚੇ ਪੂਰਾ ਸਾਲ ਰੱਖਣਾ ਚਾਹੁੰਦੇ ਨੇ ਔਰ ਉਹਨਾਂ ਕੋਲ ਜਗ੍ਹਾ ਨਹੀਂ ਹੈਗੀ ਉਹ ਸਾਡੇ ਨਾਲ ਰਾਬਤਾ ਕਰਨ ਸਾਨੂੰ ਖੂਬਸੂਰਤ ਬੱਚਾ ਖਰੀਦ ਕੇ ਦੇਵਣ ਕੁਰਬਾਨੀ ਵਾਲਾ ਜਾਂ ਸਾਨੂੰ ਆਖਣ ਅਸੀਂ ਖਰੀਦ ਦਿਆਂਗੇ ਕੁਰਬਾਨੀ ਵਾਲਾ ਬੱਚਾ ਔਰ ਪੂਰਾ ਸਾਲ ਤੁਹਾਡੇ ਬੱਚੇ ਨੂੰ ਅਸੀਂ ਆਪਦੇ ਫਾਰਮ 'ਤੇ ਰੱਖਾਂਗੇ ਉਹਨੂੰ ਅੱਛੀ ਖੁਰਾਕ ਦਿਆਂਗੇ ਅੱਛਾ ਮਾਹੌਲ ਦਿਆਂਗੇ ਸਾਲ ਤੋਂ ਬਾਅਦ ਜਿਸ ਵੇਲੇ ਕੁਰਬਾਨੀ ਦਾ ਟਾਈਮ ਆਏਗਾ ਤੁਹਾਡੀ ਅਮਾਨਤ ਵਾਪਸ ਕੀਤੀ ਜਾਏਗੀ ਔਰ ਜਿਹੜੇ ਚਾਰਜਿਸ ਹੋਵਣ ਦੇ ਪਲਾਈ ਦੇ ਉਹ ਤੁਸੀਂ ਸਾਨੂੰ ਦਿਓਗੇ
ਇਸ ਹਵਾਲੇ ਨਾਲ ਵੀ ਜਿਹੜਾ ਦੋਸਤ ਰਾਬਤਾ ਕਰਨਾ ਚਾਹੇ, ਇਨਫੋਰਮੇਸ਼ਨ ਲੈਣਾ ਚਾਹੇ, ਉਹ ਮੇਰੇ ਨਾਲ ਰਾਬਤਾ ਕਰ ਸਕਦਾ। ਮੇਰਾ ਨੰਬਰ ਨੋਟ ਫਰਮਾ ਲਓ, ਵਟਸਐਪ ਨੰਬਰ 0301 4038 025। ਪਲਾਈ ਸੈਂਟਰ ਦੇ ਹਵਾਲੇ ਨਾਲ, ਇਨਵੈਸਟਮੈਂਟ ਦੇ ਹਵਾਲੇ ਨਾਲ, ਜਾਂ ਕੁਰਬਾਨੀ ਵਾਲੇ ਬੱਚੇ ਖਰੀਦਣ ਦੇ ਹਵਾਲੇ ਨਾਲ, ਜਾਂ ਕਾਟੂ ਮਾਲ ਵੇਚਣ ਦੇ ਹਵਾਲੇ ਨਾਲ, ਜਿਹੜਾ ਦੋਸਤ ਵੀ ਰਾਬਤਾ ਕਰਨਾ ਚਾਹੇ ਕਰ ਸਕਦਾ। ਸਾਡੀ ਟੀਮ ਪੂਰੇ ਪਾਕਿਸਤਾਨ 'ਚੋਂ ਤਿਆਰ ਬੱਚੇ ਗੋਸ਼ਤ ਵਾਲੇ ਖਰੀਦਦੀ ਹੈ। ਇਹ ਬੱਚਾ ਕਿਹੜਾ ਬੱਚਾ ਜੀ? ਇਹ ਬੱਚਾ ਨਹੀਂ ਜੀ, ਮੁੰਡਾ ਜੀ, ਇਹਨੂੰ 3 ਘੰਟੇ ਚਲੋ ਖੈਰ। ਲਓ ਜੀ, ਇਹ ਬੱਚਾ ਭਾਈ ਬੂਟੇ ਨੇ 1 ਲੱਖ 'ਚ ਕੀਤਾ, ਮੈਂ ਇਹਨਾਂ ਨੂੰ 95 ਕਿਹਾ ਸੀ। ਖੈਰ, ਇਹ 1 ਲੱਖ ਤੋਂ ਥੱਲੇ ਉਦੋਂ ਵੀ ਨਹੀਂ ਸੀ ਆ ਰਿਹਾ, ਤਾਂ 1 ਲੱਖ ਚੁੱਕੇ ਹੋ ਗਿਆ। ਇਹ ਬੱਚਾ, ਇਹ ਕਾਸ਼ਵ ਕਿੰਨੇ ਨੰਬਰ ਬੱਚਾ? 11 ਨੰਬਰ ਬੱਚਾ। ਦੋਂਦਾ ਬੱਚਾ ਨੇ ਦੰਦ ਵਹਾ ਵੀਰ, ਦੰਦ ਵਹਾ ਦੰਦ। ਲਓ ਜੀ, ਇਹ ਦੋਂਦਾ, ਇਹ ਖੀਰਾ ਦੋਂਦਾ, ਇਹ ਖੀਰਾ ਜੀ, ਖੀਰਾ ਭਾਈ, ਨਾ 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 ਨਹੀਂ ਭਾਈ, ਉਹ ਤੈਨੂੰ ਦੋਂਦੇ ਪੈਸੇ ਲਾਈ ਖਲੇ, ਕੀ ਕਰਦੇ ਪੈ ਜੀ? ਉਹ ਦੋਂਦੇ ਦੇ ਪੈਸੇ ਲਾਈ ਖਲੇ ਨੇ ਭਾਈ, ਨਹੀਂ ਰਹਿਣ ਦੇ ਯਾਰ। ਖੀਰੇ ਦਾ ਰੇਟ 95 ਹੀ, ਮੈਂ ਵੀ ਆਉਣਾ ਵੀ ਕਿਵੇਂ ਉਹ ਬੰਦਾ ਭੁੱਲ ਸਕਦਾ, ਉਹ ਤਾਂ ਰੇਟ ਹੀ ਪੂਰਾ ਸੂਰਾ ਲਾਉਂਦਾ। ਜਾਨਵਰ ਵੇਖ ਕੇ ਚਾਚਾ ਵੇਚ ਬੱਚੇ ਲਿਆਵਾਂਗੇ ਫਿਰ ਬਾਅਦ। ਜਿਹੜੇ ਦੋਸਤ ਤਿਆਰ ਗੋਸ਼ਤ ਵਾਲੇ ਬੱਚੇ ਖਰੀਦ ਵੇਚਣਾ ਚਾਹੁੰਦੇ ਨੇ, 50 ਬੱਚਾ 100 ਬੱਚਾ ਜਿੰਨਾ ਵੀ ਹੋਵੇ, ਆਪਦੇ ਫਾਰਮ ਤੇ ਤਿਆਰ ਬੱਚਾ ਵੇਚਣਾ ਚਾਹਵਨ, ਉਹ ਮੇਰੇ ਨਾਲ ਰਾਬਤਾ ਕਰਨ। ਸਾਡੀ ਟੀਮ ਤੁਹਾਡੇ ਫਾਰਮ ਤੇ ਪਹੁੰਚੇਗੀ, 2 ਗੱਡੀਆਂ 3 ਗੱਡੀਆਂ ਜਿੰਨਾ ਮਾਲ ਹੋਵੇਗਾ ਇਕੱਠਾ ਚੁੱਕੇਗੀ, ਔਰ ਪੇਮੈਂਟ ਤੁਹਾਨੂੰ ਫਾਰਮ ਤੇ ਕੈਸ਼ ਕਰੇਗੀ, ਔਰ ਬੱਚਿਆਂ ਦਾ ਰੇਟ ਵੀ ਚੰਗਾ ਦੇਵੇਗੀ। ਤਿਆਰ ਬੱਚੇ ਕੋਈ ਦੋਸਤ ਵੀ ਵੇਚਣਾ ਚਾਹੇ, ਉਹ ਮੇਰੇ ਨਾਲ ਰਾਬਤਾ ਕਰ ਸਕਦਾ ਹੈ। ਗੋਸ਼ਤ ਵਾਲੇ ਬੱਚੇ ਸਾਡੀ ਟੀਮ ਪੂਰੇ ਪਾਕਿਸਤਾਨ 'ਚ ਖਰੀਦੀ ਹੈ, ਤੁਸੀਂ ਸਾਡੇ ਨਾਲ ਰਾਬਤਾ ਕਿਸੇ ਵਕਤ ਵੀ ਕਰ ਸਕਦੇ। ਮੇਰਾ ਨੰਬਰ 0301 4038 025, ਇਹ ਵਟਸਐਪ ਨੰਬਰ ਹੈ 0301 4038 025। ਮੈਂ ਉਮੀਦ ਕਰਨਾ ਭਾਈਆਂ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜਿਹੜਾ ਦੋਸਤ ਵੀ ਵੀਡੀਓ ਵੇਖੇ, ਇਹਨੂੰ ਲਾਈਕ ਲਾਜ਼ਮੀ ਕਰੇ, ਸ਼ੇਅਰ ਵੀ ਕਰੇ, ਔਰ ਬੈੱਲ ਆਈਕਾਨ ਵੀ ਪ੍ਰੈਸ ਕਰ ਦੇਵੇ, ਤਾਂ ਕਿ ਰੋਜ਼ਾਨਾ ਦੀ ਬੁਨਿਆਦ 'ਤੇ ਭਾਈਆਂ ਨੂੰ ਮੁਲਤਾਨ ਮੰਡੀ ਦੀ ਇਨਫੋਰਮੇਸ਼ਨ ਮਿਲਦੀ ਰਹੇ। ਅੱਜ ਵਾਸਤੇ ਇੰਨਾ ਹੀ, ਅੱਲਾ ਹਾਫਿਜ਼।